ਮੇਰੇ ਵੱਲੋਂ ਸਾਰੇ ਭੈਣ ਭਾਈਆਂ ਨੂੰ ਸਲਾਮ ਹੋਵੇ, ਜਾਤਕਾਂ ਬਜ਼ੁਰਗਾਂ ਤੇ ਮਾਈਆਂ ਨੂੰ ਸਲਾਮ ਹੋਵੇ। ਅੱਜ ਦੀ ਗੱਲ ਦੇ ਨਾਲ ਨਾਸਰ ਜਮੀਲ ਹਾਜ਼ਰ ਖਿਦਮਤ ਹੈ। ਔਰ ਨਾਜ਼ਰੀਨ, ਅੱਜ ਦੀ ਗੱਲ ਜਿਹੜੀ ਹੈ ਉਹ ਇੱਕ ਅਸੀਂ ਸ਼ੇਰ ਤੋਂ, ਉਰਦੂ ਦਾ ਇੱਕ ਸ਼ੇਰ ਹੈ ਬੜਾ ਜ਼ਬਰਦਸਤ, ਉਹਦੇ ਤੋਂ ਸ਼ੁਰੂ ਕਰਨੇ ਹਾਂ, ਕਿਉਂਕਿ ਇਹ ਸ਼ੇਰ ਜਿਹੜਾ ਹੈ ਦਰਅਸਲ ਮੈਨੂੰ ਸਮਝ ਹੀ ਪ੍ਰੋਪਰ ਇਹਦੀ ਇਸ ਕੇਸ ਨੂੰ ਸੁਣਨ ਦੇ ਬਾਅਦ ਆਈ ਹੈ। ਔਰ ਸ਼ੇਰ ਇਹ ਵੇ ਕਿ ਤੂੰ ਕਾਦਰ ਓ ਆਦਲ ਹੈ ਮਗਰ ਤੇਰੇ ਜਹਾਂ ਮੇਂ ਹੈ ਤਲਖ ਬਹੁਤ ਬੰਦਾ ਹੈ ਮਜ਼ਦੂਰ ਕੇ ਔਕਾਤ। ਇਹ ਕਿਸ ਤਰ੍ਹਾਂ ਮੈਨੂੰ ਸਮਝ ਆਈ ਹੈ, ਕਿਉਂਕਿ ਮੇਰੇ ਕੋਲ ਗੋਜਰਾ ਜਿਹੜਾ ਤਹਿਸੀਲ ਗੋਜਰਾ, ਜਿਹਦੇ ਤੁਸੀਂ ਵੇਖਿਆ ਤੁਹਾਨੂੰ ਯਾਦ ਹੋਏਗਾ ਕਿ ਗੋਜਰੇ ਦੇ ਵਿੱਚ ਕ੍ਰਿਸਚਨਾਂ ਦਾ ਇੱਕ ਪੂਰਾ ਪਿੰਡ ਉਹਨਾਂ ਨੇ ਸਾੜਿਆ ਸੀ ਔਰ ਪੂਰੀ ਇੱਕ ਬਸਤੀ ਸਾੜੀ ਸੀ ਔਰ ਉਹਦੇ ਚ ਬਹੁਤ ਸਾਰਾ ਸਾਡਾ ਨੁਕਸਾਨ ਹੋਇਆ ਸੀ। ਉਹੀ ਗੋਜਰੇ ਦੀ ਗੱਲ ਕਰਨੇ ਪਿਆ। ਗੋਜਰੇ ਤੋਂ ਸਾਡੇ ਇੰਨੇ ਕੁ ਕੇਸਿਸ ਆਉਂਦੇ ਨੇ ਅਕਲੀਅਤਾਂ ਦੇ ਨਾਲ ਜ਼ੁਲਮ ਦੇ ਕਿ ਮੈਨੂੰ ਲੱਗਦਾ ਹੈ ਕਿ ਗੋਜਰਾ ਜਿਹੜਾ ਹੈ ਉਹ ਸ਼ਾਇਦ ਕੋਈ ਬਣਾਇਆ ਹੀ ਸ਼ਹਿਰ ਜਿਹੜਾ ਗਿਆ ਹੈ ਉਹ ਅਕਲੀਅਤਾਂ ਨੂੰ ਤਕਲੀਫ ਦੇਣ ਵਾਸਤੇ ਬਣਾਇਆ ਗਿਆ। ਉਹ ਗੋਜਰਾ ਜਿਹੜਾ ਹੈ ਉਹ ਮੈਨੂੰ ਲੱਗਦਾ ਕਿ ਜਿਵੇਂ ਅਕਲੀਅਤਾਂ ਦਾ ਇੱਕ ਤਰ੍ਹਾਂ ਦਾ ਕਹਿ ਲਓ ਵੀ ਦੋਜ਼ਖ ਹੈ, ਕਿਉਂਕਿ ਆਏ ਚੌਥੇ ਦਿਨ ਅਸੀਂ, ਆਏ ਦੂਜੇ ਦਿਨ ਅਸੀਂ ਉੱਥੋਂ ਕੋਈ ਨਾ ਕੋਈ ਗੰਦੀ ਖਬਰ ਜਿਹੜੀ ਹੈ, ਕੋਈ ਜ਼ੁਲਮ ਦੀ ਖਬਰ ਜਿਹੜੀ ਹੈ, ਕੋਈ ਕਿਸੇ ਧੀ ਚੁੱਕੀ ਜਾਂਦੀ ਹੈ, ਕਿਸੇ ਦੇ ਕੋਈ ਗ੍ਰਿਫਤਾਰੀ ਪੈ ਜਾਂਦੀ ਹੈ, ਕਿਸੇ ਚੋਰੀ ਹੋ ਜਾਂਦੀ, ਕੋਈ ਡਕੈਤੀ ਪੈ ਗਈ, ਕੋਈ ਅਜੀਬੋ ਗਰੀਬ ਉੱਥੋਂ ਕੇਸ ਆਉਂਦੇ ਨੇ। ਲੇਕਿਨ ਇਹ ਵਾਲਾ ਜਿਹੜਾ ਕੇਸ ਹੈ ਇਹ ਤਾਂ ਬਿਲਕੁਲ ਸਮਝ ਤੋਂ ਬਾਹਰ ਹੈ ਕਿ ਮਤਲਬ ਕਿਸ ਤਰ੍ਹਾਂ ਹੋ ਸਕਦਾ। ਨਾਜ਼ਰੀਨ, ਇਸ ਤਰ੍ਹਾਂ ਹੈ ਕਿ ਪਿਛਲੇ ਸਾਲ ਯਾਨੀ 2021 ਮਈ ਦੇ ਵਿੱਚ, ਐਸਾ ਅੱਜ ਫਿਰ ਮਈ ਨੂੰ ਅਸੀਂ ਪ੍ਰੋਗਰਾਮ ਕਰਨੇ ਪਏ, ਪਿਛਲੇ ਮਈ ਦੇ ਵਿੱਚ ਇੱਕ ਖਾਤੂਨ ਹੈ ਉੱਥੇ ਰਹਿੰਦੀ ਔਰ ਉਹ ਚੱਕ ਨੰਬਰ ਜਿਹੜਾ ਹੈ 280 ਜੀਮ ਦੇ ਦੁੱਗਲ ਇਸ ਜਗ੍ਹਾ ਦਾ ਨਾਂ ਹੈ ਔਰ ਤਹਿਸੀਲ ਜਿਹੜੀ ਹੈ ਉਹਦੇ ਗੋਜਰਾ ਹੈ। ਇੱਥੇ ਬੀਬੀ ਜਿਹੜੀ ਹੈ ਇਹ ਕੋਈ ਅਬਰਾਰ ਜੱਟ ਹੈ ਜਿਹਦੇ ਘਰ 'ਚ ਕੰਮ ਕਰਦੀ ਸੀ, ਅਬਰਾਰ ਜੱਟ ਦੇ ਘਰ ਕੰਮ ਕਰਦੀ ਸੀ ਔਰ ਉਹਨਾਂ ਦੇ ਘਰ ਕੋਈ 5-7 ਸਾਲ ਕੰਮ ਕਰਦੀ ਰਹੀ ਔਰ ਇਹਨਾਂ ਦੀ ਮਤਲਬ ਜ਼ਾਹਿਰ 5-7 ਕੋਈ 5-7 ਬੱਚੇ ਸਨ, 4 ਕੋ ਬੱਚੀਆਂ ਕੋ 3 ਬੱਚੇ ਸਨ ਤੇ ਉਹਨਾਂ ਬੱਚਿਆਂ ਦੀ ਸ਼ਾਦੀ ਉੱਥੇ ਕੀਤੀ ਔਰ ਇਹਨੇ ਮਤਲਬ ਮਿਹਨਤ ਕਰਦੀ ਰਹੀ, ਮਜ਼ਦੂਰੀ ਕਰਦੀ ਰਹੀ, ਉਹਨਾਂ ਦਾ ਜੋ ਵੀ ਮਤਲਬ ਘਰ ਦਾ ਕੰਮ ਹੈ ਚੰਗਾ ਮਾੜਾ ਜੋ ਵੀ ਔਡ ਜੋਬਸ ਨੇ ਉਹ ਉਹਨਾਂ ਦੇ ਕਰਦੀ ਰਹੀ। ਔਰ ਜ਼ਾਹਿਰ ਤੁਸੀਂ ਜਦੋਂ ਦੇਖੋਗੇ ਤੁਸੀਂ ਜਾਣ ਜਾਓਗੇ ਕਿ ਜਦੋਂ ਵਿਚਾਰੀ ਬਜ਼ੁਰਗ ਹੋ ਗਈ ਤੇ ਉਹਨੇ ਕਿਹਾ ਕਿ ਹੁਣ ਮੇਰੇ ਕੋਲ ਕੰਮ ਨਹੀਂ ਹੁੰਦਾ ਤੇ ਮੈਂ ਅੱਜ ਕੰਮ ਛੱਡ ਦੇਣਾ ਜੀ, ਜਾਂ ਮੁੰਡੇ ਬੱਚੇ ਵੱਡੇ ਹੋ ਗਏ ਨੇ ਮਤਲਬ ਉਹ ਕੰਮ ਕਰਨ ਲੱਗ ਪਏ ਨੇ ਇਸ ਕਰਕੇ ਜ਼ਰੂਰਤ ਨਹੀਂ ਹੈ। ਤੇ ਉਹਨਾਂ ਨੇ ਇਸ ਬੀਬੀ ਦੇ ਉੱਤੇ ਪਿਛਲੇ ਸਾਲ 6.5 ਲੱਖ ਰੁਪਏ ਦੀ ਚੋਰੀ ਪਾਈ ਔਰ ਚੋਰੀ ਦੀ ਜਿਹੜੀ ਜਗ੍ਹਾ ਦੱਸੀ ਕਿ ਸਾਡੇ ਕਿੱਥੋਂ ਪੈ ਚੁੱਕੇ ਗਏ ਨੇ। ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਕੂੜੇ ਦਾ ਜਿਹੜਾ ਡੱਬਾ ਹੈ ਯਾਨੀ ਡਸਟਬਿਨ ਜਿਹੜਾ ਹੈ ਯਾਨੀ ਕਿ ਜਿਹੜਾ ਟ੍ਰੈਸ਼ਬਿਨ ਹੈ ਅਸੀਂ ਉਹਦੇ ਚ ਸੁੱਟੇ ਸਨ 6.5 ਲੱਖ ਰੁਪਏ ਤੋਂ ਉੱਥੋਂ ਤੋਂ ਚੁੱਕੇ ਨੇ। ਮਤਲਬ ਹੈਰਾਨਗੀ ਦੀ ਗੱਲ ਹੈ ਕਿ ਜਿਹੜੀ ਜਗ੍ਹਾ ਤੇ ਮਤਲਬ ਉਹਨੂੰ ਅੱਜ ਤੱਕ ਮੈਂ ਬੜੇ ਬੜੇ ਅਮੀਰ ਲੋਕ ਵੀ ਵੇਖੇ ਨੇ ਲੇਕਿਨ ਮੈਂ ਇਸ ਤਰ੍ਹਾਂ ਦੇ ਨਹੀਂ ਵੇਖੇ ਜਿਹੜੇ ਜਿਹਨਾਂ ਦੇ 6.5 ਲੱਖ ਰੁਪਏ ਜਿਹੜੇ ਨੇ ਕੂੜੇ ਦੇ ਡੱਬਿਆਂ 'ਚ ਪਏ ਹੋਣ। ਅੱਛਾ, ਫਿਰ ਜਦੋਂ ਇਹਦੇ 'ਤੇ ਹੋ ਗਈ ਫਿਰ ਉਹਨਾਂ ਨੇ ਇਹਦੇ 'ਤੇ ਪਰਚਾ ਇਹਨਾਂ 'ਤੇ ਕਰਵਾਇਆ, ਉਹ ਵਿਚਾਰੇ ਨਸੇ ਭੱਜੇ, ਜਿਸ ਤਰ੍ਹਾਂ ਵੀ ਕੀਤਾ ਕਰਾਇਆ ਇਹਨਾਂ ਨੂੰ। ਸਭ ਤੋਂ ਪਹਿਲਾਂ ਜਿਸ ਬੰਦੇ ਨੇ ਅਪਰੋਚ ਕੀਤਾ ਉਹਦਾ ਵੀ ਅਸੀਂ ਨਾਂ ਜ਼ਿਕਰ ਕਰਾਂਗੇ ਔਰ ਜਿਹਨਾਂ ਜਿਹਨਾਂ ਲੋਕਾਂ ਨੇ ਇਹਨੂੰ ਹੈਲਪ ਕੀਤਾ ਔਰ ਅੱਜ ਇੱਕ ਇੰਸਟੀਟਿਊਸ਼ਨ 'ਚ ਨੇ ਅਸੀਂ ਇਹਨਾਂ ਦੇ ਨਾਲ ਗੱਲ ਕਰਾਂਗੇ। ਜ਼ੁਲਮ ਦੀ ਇਹ ਦਾਸਤਾਨ ਜਿਹੜੀ ਇਹਨੂੰ ਬੜੇ ਗੌਰ ਨਾਲ ਸੁਣਿਆ ਜੇ, ਕਿਉਂਕਿ ਇਹ ਇੱਕ ਨਸੀਮ ਬੀਬੀ ਨਹੀਂ, ਇਹੋ ਜਿਹੀਆਂ ਕਈ ਨਸੀਮ ਬੀਬੀਆਂ ਨੇ ਜਿਹਨਾਂ ਦੀ ਆਵਾਜ਼ ਹਾਲੇ ਤੱਕ ਜਿਹੜੀ ਹੈ ਉਹ ਕਿਤੇ ਪਸੇ ਪਰਦਾ ਹੀ ਹੈ, ਕਿਤੇ ਖਾਮੋਸ਼ ਨੇ, ਕਿਤੇ ਸਾਨੂੰ ਨਹੀਂ ਪਤਾ ਕਿ ਉਹ ਕਿੱਥੇ ਕਿੱਥੇ ਨੇ। ਲੇਕਿਨ ਇਹ ਇੱਕ ਕੇਸ ਹੈ ਔਰ ਇਹੋ ਜਿਹੇ ਹਜ਼ਾਰਾਂ ਕੇਸਿਸ ਨੇ ਔਰ ਜਿਹਨਾਂ 'ਚ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਅਕਲੀਅਤਾਂ ਖਾਸ ਤੌਰ 'ਤੇ, ਲੇਕਿਨ ਆਮ ਤੌਰ 'ਤੇ ਜਿਹੜੇ ਮਾੜੇ ਨੇ ਮਤਲਬ ਵਿਚਾਰੇ ਗਰੀਬ ਨੇ ਉਹ ਰੋਜ਼ ਪਿਸਦੇ ਪਏ ਨੇ, ਉਹਨਾਂ ਦੀਆਂ ਬੱਚੀਆਂ, ਉਹਨਾਂ ਦੀਆਂ ਮਾਵਾਂ ਭੈਣਾਂ ਜਿਹੜੀਆਂ ਲੋਕਾਂ ਦੇ ਘਰਾਂ 'ਚ ਕੰਮ ਕਰਦੀਆਂ ਨੇ, ਇਹ ਇੱਕ ਨੋਰਮਲ ਪ੍ਰੈਕਟਿਸ ਹੈ। ਅਸੀਂ ਕੀ ਕਰਾਂਗੇ, ਅਸੀਂ ਇਹਨਾਂ ਦੇ ਨਾਲ ਅੱਜ ਦੀ ਗੱਲਬਾਤ ਕਰਾਂਗੇ। ਅੱਜ ਜਿਹੜੇ ਨੇ ਨਸੀਮ ਬੀਬੀ ਔਰ ਉਹਨਾਂ ਦਾ ਜਿਹੜਾ ਇੱਕ ਬੇਟਾ ਹੈ ਆਮਿਰ, ਉਹ ਸਾਡੇ ਕੋਲ ਮੌਜੂਦ ਹੈ। ਅਸੀਂ ਜਾਣਾਂਗੇ ਕਿ ਇਸ ਕੇਸ ਦੇ ਵਿੱਚ ਕੀ ਹੋਇਆ, ਕਿੰਝ ਹੋਇਆ, ਕਦੋਂ ਹੋਇਆ ਔਰ ਅੱਜ ਤੱਕ ਇਹ ਕੇਸ ਕਿਸ ਪੋਜੀਸ਼ਨ 'ਚ ਔਰ ਇਹਨਾਂ ਨੂੰ ਕੌਣ ਮਦਦ ਕਰ ਰਿਹਾ, ਇਹ ਜਾਣਾਂਗੇ। ਜੀ ਜੀ ਮਾਂ ਜੀ, ਸਲਾਮ, ਕੀ ਹਾਲ ਹੈ ਤੁਹਾਡਾ? ਠੀਕ ਹੈ ਜੀ। ਤੁਸੀਂ ਕੀ ਨਾਂ ਹੈ ਤੁਹਾਡਾ, ਕਿੱਥੋਂ ਆਏ ਹੋ? ਮੈਂ ਅਸੀਂ ਆਏ ਹਾਂ ਦੁਗਲਾ ਚੋਂ। ਦੁਗਲਾ ਚੋਂ ਆਏ ਹੋ? ਹਾਂਜੀ। ਕੀ ਨਾਂ ਹੈ ਤੁਹਾਡਾ? ਨਸੀਮ। ਤੇ ਨਸੀਮ ਬੀਬੀ, ਇਹ ਕੀ ਹੋਇਆ ਮਾਂ ਜੀ ਤੁਹਾਡਾ? ਹੋਇਆ ਏਦਾਂ ਵੀ ਮੈਂ ਕੰਮ ਕਰਕੇ ਆ ਗਈ ਹਾਂ, 8:30 ਵਜੇ ਮੈਂ ਜਾਂਦੀ ਹਾਂ। ਮੈਂ ਕੰਮ ਕਰਕੇ ਆ। ਕਿੱਥੇ ਕੰਮ ਕਰਦੇ ਸੋ? ਕਿਸੇ ਦੇ ਘਰ। ਉਹ ਕੀ ਨਾਂ ਹੈ ਕਿਸੇ ਦਾ? ਬਰਾਰ ਜੱਟ। ਬਰਾਰ ਜੱਟ ਉੱਥੇ ਪਿੰਡ 'ਚ ਹੀ ਹੈ? ਹਾਂਜੀ। ਤੇ ਕਿੱਡਾ ਕੁ ਜੱਟ ਹੈ? ਚੰਗਾ ਤਗੜਾ ਜੱਟ ਹੈ ਕਿ ਬਸ ਐਵੇਂ? ਨੌਕਰੀਆਂ ਕਰੀਏ ਤੇ ਤਗੜੇ ਹੀ ਬਣ ਜਾਈਦਾ, ਨਾ ਕਰੀਏ ਤੇ ਮਾੜੇ ਹੀ ਹੈ। ਤੇ ਉਹਨਾਂ ਦੇ ਘਰੋਂ ਮੈਂ ਕੰਮ ਕਰਕੇ ਆ ਗਈ ਆਪਣੇ ਘਰ। ਸਾਡੇ ਇਸ ਤਰ੍ਹਾਂ ਬੂਹੇ ਗਾੜੀ ਪੌੜੀਆਂ ਵਾ, ਮੈਂ ਉੱਥੇ ਪੌੜੀਆਂ ਤੇ ਆਣ ਕੇ ਬਹਿ ਗਈ। ਇੱਕ ਹੋਰ ਲਾਗੇ ਜੱਟਾਂ ਦੀ ਕੁੜੀ, ਉਹ ਬਹਿ ਗਈ। ਉਹਦੀ ਮਾਂ ਨੱਠੀ ਨੱਠੀ ਆਈ ਆ, ਕਹਿੰਦੀ ਆ ਕਿ ਤੂੰ ਤੇ ਕਿ ਪੈਸੇ ਕੂੜੇ 'ਚ ਸੁੱਟ ਆਈ। ਸਾਡੇ ਤੇ ਪੈਸੇ ਹੀ ਬਹੁਤ ਸੀ। ਮੈਂ ਗਈ ਉਹਨਾਂ ਦੇ ਘਰ, ਸੱਦਣ ਜੋ ਆਈ, ਮੈਂ ਜਾਣਾ ਹੀ ਸੀ। ਮੈਂ ਗਈ ਆ, ਮੈਂ ਆਖਿਆ ਵੀ ਕਿੱਥੇ ਸੀ ਤੁਹਾਡੇ ਪੈਸੇ?
बरांडे च टोकरी कूड़े वाली च। मैं आखिया मैं नी इन हाथ लाया ते ना मेनू एदा पता। आया वा अंदरों, तू फिर बरी है चाची, नहीं हाथ लाया ते नहीं वेखे थे। बरी दी बजाय सानू बाला तो फड़ के खड़िया तू, के मेनू अपने घरों साडे अपनी गड्डी च बिठाया ते अपनी गड्डी च मुड़ के 2:30 बजे लै आए। थले पईयां मैं आन के सवेर नू चुकियां ने 2:30 बजे मेनू लै भी आए। आपे छड्ड के ते आपे लै आपे ही लै। ते पुलिस वाले ने की कीता तुहाडा? कुछ नहीं, पुलिस वाले ने सानू हाथ भी नहीं लाया। फैसलाबाद दसदी रही आ। 3 महीने असि जाते रहे लगातार रोज। अच्छा, कुछ भी नहीं। अच्छा, ते हुण जदो तुसी मेरे कोल आके बैठे हो, हाँ जी, ते साल हो गया इस गल नूं। हाँ जी, ते साल पूरा किंज गुजारिया जे? कदी तेरे को कदी मेरे को कदी तेरे को कदी मेरे। ते जो तुसी बेगुनाह तो नसे क्यों? ना ठेके उथे असी की कर दी मैं कली धी। आ बाबा कहन लगा, सारे कहन लगे भी अपनी धी नूं ना। केड़ा बाबा? बाबा भी ते होर भी गए। बाबा ओ इंतजार गिल। बाबा इंतजार गिल, हां जी, कहिंदा भी है तेरी कुवारी धी है ना, इनू कल दे। साल मेरी धी नू हो गया, कदी तेरे को ते कदी उस भैन को ते कदी उस। ओ तने सोचा ना भाई इनू ना कोई नुकसान पहुंचाए तो अच्छी गल होगी। हां जी, तो ओ फिर रिश्तेदारा को तुसी कल देती? किसे को? भैणा को कली। ओ रिश्तेदारा को? हां जी। अच्छा अच्छा, तो हुन जड़ी ओ कुवारी सी उंदा ब्याह कर दित्ता? ब्याह काजे ने करना जी। अच्छा, पुत एक कमाउंदा ओ लै के जे। ਤੁਹਾਡੀ ਆਪਣੀ ਕਿੰਨੀ ਕੁ ਜ਼ਮੀਨ ਹੈ? ਸਾਡੀ ਕਿੱਥੋਂ ਹੋਈ ਜ਼ਮੀਨ, 2.5 ਮਰਲੇ ਆ ਥਾਂ। ਅੱਛਾ, ਦੁਗਲਾ ਸੀ? ਹਾਂਜੀ, ਉਹ ਵੀ ਕਹਿੰਦੇ ਸੀ ਵੇਚ ਦੋ ਸਾਨੂੰ, ਦੇ ਦੋ ਸਾਨੂੰ, ਦੇ ਦੋ। ਅੱਛਾ, ਉਹ ਕੌਣ ਕਹਿੰਦਾ ਸੀ? ਉਹ ਜੱਟ ਕਹਿੰਦੇ ਹਾਂ 2.5 ਮਰਲੇ ਜ਼ਮੀਨ ਸਾਨੂੰ ਦੇ ਦਿਓ। ਆਹੋ, ਇਹ ਸਾਨੂੰ ਥਾਂ, ਸਾਨੂੰ ਪੈਸਿਆਂ ਦੇ ਵਿੱਚ ਸਾਨੂੰ ਥਾਂ ਦਿਓ, ਸਾਨੂੰ ਥਾਂ ਦਿਓ। ਅੱਛਾ, ਜਦੋਂ ਮੈਂ ਵੇਖਿਆ ਹੀ ਨਹੀਂ ਬੱਚਿਆ ਤੇ ਮੈਨੂੰ ਕੀ ਪਤਾ। ਬਰਾਰ ਜੱਟ ਨੇ ਜਦੋਂ ਤੁਹਾਨੂੰ ਵਾਲਾਂ ਤੋਂ ਫੜ ਕੇ ਧੋਇਆ ਤੇ ਨਾਲ ਮਾਰਿਆ ਮੁਰਿਆ ਵੀ? ਹਾਂਜੀ, ਮਾਰਿਆ ਸਾਨੂੰ। ਕਿਹਨੂੰ? ਮੈਨੂੰ ਵੀ ਮਾਰਿਆ ਤਾਂ ਮੁੰਡੇ ਨੂੰ ਵੀ ਮਾਰਿਆ। ਅੱਛਾ, ਤੇ ਫਿਰ 2:30 ਵਜੇ ਮੈਨੂੰ ਲੈ ਵੀ ਆਏ ਤੇ ਮੁੰਡਾ ਰਿਹਾ 3-4 ਦਿਨ। ਤੇ ਅਮਰ ਸਾਹਿਬ ਜੀ, ਸਰ ਤੁਸੀਂ ਦੱਸੋ ਕਿ ਤੁਹਾਨੂੰ ਜਦੋਂ ਲੈ ਕੇ ਗਿਆ ਬਰਾਰ ਜੱਟ ਤੇ ਇਹਨੇ ਕੀ ਕਿਸ ਤਰ੍ਹਾਂ ਕਿਉਂ? ਸਰ ਇਹ ਸਾਨੂੰ ਨਾ, ਮੈਂ ਤੇ ਮੇਰੀ ਅੰਮੀ ਆਪਣੇ ਚਾਚੇ ਦੇ ਘਰ ਬੈਠੇ ਸੀ ਤੇ ਪੂਰਾ ਮਹੱਲਾ ਸਾਨੂੰ ਵਾਲਾਂ ਤੋਂ ਫੜ ਕੇ ਤੇ 5 ਜਣੇ ਸੀ। ਕੌਣ ਕੌਣ? ਬਰਾਰ ਜੱਟ, ਮੁਸਤਫਾ, ਅਲੀ ਸ਼ੇਰ, ਸਬੂਰ ਖਾਲਦ ਤੇ ਅਰਸ਼ਦ ਪਟਿਆਲਾ। ਇਹ 5 ਜਣੇ ਸਾਨੂੰ ਲੈ ਕੇ ਆਇਆ, ਮਾਰ ਦੇ ਆਏ ਮਹੱਲੇ ਪੂਰੇ ਚ। ਫਿਰ ਇਹਨਾਂ ਨੇ ਸਾਡੇ ਬੂਹੇ ਲਾਗੇ ਸਾਨੂੰ ਕਾਰ ਚ ਬਿਠਾਇਆ ਲੈ ਗਏ ਥਾਣੇ ਚ। ਮੇਰੀ ਵਾਲਦਾ ਨੂੰ ਤੇ ਰਾਤ ਖੁਦ ਹੀ ਛੱਡ ਕੇ ਆ ਗਏ, 1-2 ਵਜੇ ਲੈ ਕੇ ਆ ਗਏ ਵਾਪਸ। ਰਾਤ ਦੇ 2 ਵਜੇ? ਹਾਂਜੀ, ਸੁਬਹਾ ਸੁਬਹਾ ਜਿਹੜੇ ਰਾਤ ਦੇ 2 ਵਜੇ ਸ਼ਾਮ ਨੂੰ 8 ਵਜੇ ਲੈ ਗਏ ਆ ਤੇ ਸੁਬਹਾ 2 ਵਜੇ ਲੈ ਕੇ ਆ ਗਏ ਆ। ਤੇ ਮੈਨੂੰ ਇਹਨਾਂ ਨੇ ਰੱਖਿਆ 5 ਦਿਨ ਤੇ ਜਾਂਦੇ ਰਹੇ ਆ। ਪੁਲਿਸ ਵਾਲੇ ਨਹੀਂ ਕੁਛ ਕਹਿੰਦੇ ਰਹੇ, ਲੇਕਿਨ ਇਹ ਜਾ ਕੇ ਉੱਥੇ ਗਾਲਾਂ ਗੁਲਾਂ ਕੱਢਦੇ ਰਹੇ, ਸਾਨੂੰ ਜਗ੍ਹਾ ਲਿਖ ਕੇ ਦਿਓ ਨਹੀਂ ਤੇ ਅਸੀਂ ਤੁਹਾਨੂੰ ਜਾਨ ਤੋਂ ਮਾਰ ਦਿਆਂਗੇ। ਤੁਹਾਨੂੰ ਨੀ ਪਤਾ ਸਾਡੇ ਬਹੁਤ ਤਾਲੁਕਾਤ ਆ ਉੱਚੇ ਲੈਵਲ ਤੇ, ਸਾਡੀ ਸਪੋਰਟ MP MNA ਕਰਦੇ ਆ, ਨਹੀਂ ਜਗ੍ਹਾ ਸਾਡੇ ਨਾਂ ਕਰ ਦਿਓ ਤੇ ਇੱਥੋਂ ਪਿੰਡ ਚੋਂ ਚੱਲ ਜਾਓ। ਉਸ ਤੋਂ ਬਾਅਦ ਸਰ ਜੀ ਇਹਨਾਂ ਨੇ 5 ਦਿਨ ਬਾਅਦ SHO ਨੇ ਖੁਦ ਮੇਰੇ ਚਾਚੇ ਨੂੰ ਬੁਲਾ ਕੇ ਮੈਨੂੰ ਛੱਡਤਾ ਏ ਕਿ ਇਹਨਾਂ ਦੀ ਸਹੁੰ ਨਿਆ ਕਰਾ। ਸਰ ਜੀ ਉਹ 40 ਬੰਦੇ ਲੈ ਗਏ ਇਹਨਾਂ ਦੇ ਭੱਠੇ ਤੇ, ਇਹਨਾਂ ਨੇ ਕਿਹਾ ਆਹ ਸਾਡੇ ਕੋਲ ਅਸਲਾ ਵਾ। ਜਿੱਦਾਂ ਬਰਾਰ ਜੱਟ ਨੂੰ ਭੱਠਾ ਵੀ ਕੋਈ ਨਹੀਂ ਸਰ, ਇਹਦਾ ਜਿਹੜਾ ਨਾ ਭਰਾ ਬਣਿਆ ਮੁਸਤਫਾ ਜੱਟ, ਉਹ ਵੀ ਜੱਟ ਹੀ ਏ, ਉਹਦੇ ਭੱਠੇ ਤੇ ਲੈ ਗਏ। ਉੱਥੇ ਗਏ ਤੇ ਉਹਨੇ ਕਿਹਾ ਆਹ ਸਾਡੇ ਕੋਲ ਅਸਲਾ, ਜਿੱਦਾਂ ਵੀ ਸਾਡੇ ਕੋਲ ਲੈ ਗਏ ਨਾ ਪੈਸੇ, ਅਸੀਂ ਪੈਸੇ ਲੈਣੇ, ਨਾ ਕੋਈ ਸਹੁੰ ਨਾ ਕੋਈ ਨਿਆਂ, ਨਾ ਲੈਣੀ ਆ ਨਾ ਦੇਣੀ ਆ। ਉਸ ਤੋਂ ਬਾਅਦ ਫੇਰ ਸਰ ਜੀ ਅਸੀਂ 3 ਮਹੀਨੇ ਥਾਣੇ ਜਾਂਦੇ ਰਹੇ ਆ, ਉਹੀ ਕਹਿੰਦੇ ਰਹੇ ਥਾਣੇਦਾਰ ਜਾਓ ਉਹਨਾਂ ਨੂੰ ਰਾਜ਼ੀ ਕਰ ਲਓ, ਜਿੱਦਾਂ ਵੀ ਉਹ ਰਾਜ਼ੀ ਹੁੰਦੇ ਆ। ਅੱਛਾ, ਅਸੀਂ ਥਾਣੇਦਾਰ ਦਾ ਕੀ ਨਾਮ ਸੀ? ਮਲਕ ਮੁਹੰਮਦ ਅਕਬਰ ਹਿਆਤ। ਅੱਛਾ, ਉਹ ਕਹਿੰਦਾ ਰਿਹਾ ਕਿ ਉਹਨਾਂ ਨੂੰ ਕਰ ਲਓ ਰਾਜ਼ੀ। ਉਸ ਤੋਂ ਬਾਅਦ ਜਿਹੜਾ ASI ਸੀ ਇਮਰਾਨ, ਉਹ ਵੀ ਕਹਿੰਦਾ ਰਿਹਾ, ਕਹਿੰਦਾ ਰਿਹਾ ਉਹਨਾਂ ਦੀ ਪਿੰਡ ਚ ਬੜੀ ਇੱਜ਼ਤ ਆ, ਉਹ ਚੌਧਰੀ ਆ,
ਓਹੇ ਜਿੱਦਾਂ ਰਾਜ਼ੀ ਹੁੰਦੇ ਉਹਨਾਂ ਨੂੰ ਰਾਜ਼ੀ ਕਰ ਲਓ, ਸਾਡਾ ਇਹ ਚ ਕੋਈ ਕਸੂਰ ਨੀ। ਤੇ ਸਰ ਉਸ ਤੋਂ ਬਾਅਦ ਫਿਰ ਜ਼ਮਾਨਤਾਂ ਕਰਾਈਆਂ ਆ। ਅੱਛਾ, ਜ਼ਮਾਨਤਾਂ ਕਿਉਂ ਕਰਾਈਆਂ? ਪਰਚਾ ਹੋ ਗਿਆ ਸੀ? ਹਾਂਜੀ, ਪਰਚਾ ਹੋ ਗਿਆ ਸੀ। ਕਿੰਨੇ ਦਿਨ ਬਾਅਦ ਪਰਚਾ ਹੋਇਆ? ਸਰ 2 ਮਹੀਨੇ ਬਾਅਦ ਪਰਚਾ ਹੋਇਆ। 2 ਮਹੀਨੇ ਤੱਕ ਉਹ ਤੱਕ ਪਰਚਾ ਹੀ ਨਹੀਂ ਹੋਇਆ? ਹਾਂਜੀ, 2 ਮਹੀਨੇ ਤੱਕ ਉਸ ਤਰ੍ਹਾਂ ਹੀ ਸਰ ਥਾਣੇ ਜਾਂਦੇ ਰਹੇ ਆ। ਅੱਛਾ, ਤੇ ਉਹ ਕਹਿੰਦੇ ਨੇ ਬਸ ਪੈਸੇ ਦੇ ਦੋ ਜੀ, ਇਸ ਤਰ੍ਹਾਂ ਦੀ ਜਗ੍ਹਾ ਵਿੱਚ ਉਹ ਪੈਸੇ ਦੇ ਦੋ ਇਹਨਾਂ ਨੂੰ। ਅੱਛਾ, ਤੇ ਅਸੀਂ ਕਿਹਾ ਸੀਗਾ ਸਾਡੀ ਜਗ੍ਹਾ ਇਹ ਕਿਹੜੀ ਚੋਰੀ ਦੀ ਜਗ੍ਹਾ ਹੈ ਕੋਈ? 2 ਮਹੀਨੇ ਤੁਹਾਨੂੰ ਖੱਜਲ ਕਰਦੇ ਰਹੇ? ਹਾਂਜੀ, 2 ਮਹੀਨੇ ਜਲੀ ਲੁਖਵਾਰ ਕਰਦੇ ਰਹੇ, ਬਾਹਰ ਬਿਠਾ ਕੇ ਕਦੀ ਕਲਾ ਦਿੰਦੇ ਰਹੇ ਥਾਣੇ ਵਾਲੇ, ਤੇ ਕਦੀ ਪੁੱਛ ਪ੍ਰਤੀਤ ਕਰ ਲੈਂਦੇ ਰਹੇ, ਬਸ ਇਹ ਹੋਈ ਵੀ ਉਹਨਾਂ ਨੂੰ ਪੈਸੇ ਦੇ ਦੋ ਜੀ। ਤੁਸੀਂ ਕਿਸੇ ਨੂੰ ਉਹਨਾਂ 2 ਮਹੀਨਿਆਂ ਦੇ ਵਿੱਚ ਕਿਸੇ ਨੂੰ ਦੱਸਿਆ ਪੁੱਛਿਆ ਨਾ ਕਿਸੇ ਨੂੰ? ਸਰ ਉਸ ਤੋਂ ਬਾਅਦ ਫਿਰ ਬਾਬਾ ਇੰਤਜ਼ਾਰ ਗਿੱਲ ਨੇ ਰਾਬਤਾ ਕੀਤਾ ਹੈ ਸਮੁੰਦਰੀ ਤੋਂ। ਅੱਛਾ, ਉਹ ਸਾਡੇ ਨਾਲ ਜਾਂਦੇ ਰਹੇ ਆ, ਤੇ ਫਿਰ ਡੀਪੀਓ ਦੇ ਗਏ ਰਾਜਾ ਫਰਿਆਦ, ਮਿਨਿਸਟਰ ਇਜਾਜ਼ ਅਲਬ ਦਾ ਕੋਆਰਡੀਨੇਟਰ ਹੈ, ਉਹ ਵੀ ਨਾਲ ਗਿਆ ਹੈ। ਡੀਪੀਓ ਸਾਹਿਬ ਨੇ ਸਰ ਜੀ ਗੱਲ ਸੁਣੀ ਆ, ਦਰਖਾਸਤ ਸਾਡੇ ਕੋਲ ਲਈ ਆ, ਦਰਖਾਸਤ ਦਿੱਤੀ ਆ, ਮਾਰਕ ਹੋ ਗਈ ਥਾਣੇ। ਜਦੋਂ ਥਾਣੇ ਦਰਖਾਸਤ ਆਈ ਤਾਂ SHO ਕਹਿੰਦਾ ਤੁਹਾਨੂੰ ਕਿਹੜੀ ਲੋੜ ਸੀ ਡੀਪੀਓ ਦੇ ਜਾਣ ਦੀ, ਹੁਣ ਤੇ ਮੈਂ ਤੁਹਾਡੇ ਤੇ ਪਰਚਾ ਹੀ ਕਰਨਾ ਹੈ। ਉਹਨੇ ਪਰਚਾ ਕਰਤਾ ਸਰ ਜੀ, ਫੇਰ ਸਾਨੂੰ ਫੜ ਕੇ ਲੈ ਗਏ ਆ, ਤੇ ਫਿਰ ਮੈਨੂੰ ਉਸ ਤਰ੍ਹਾਂ ਹੀ ਛੱਡਤਾ, ਮੇਰੀ ਵਾਲਦਾ ਨੂੰ ਖੁਦ ਲੈ ਕੇ ਆਏ ਆ। ਉਸ ਤੋਂ ਬਾਅਦ ਛੱਡਣ ਤੋਂ ਬਾਅਦ ਅਸੀਂ ਬੂਰੀਆ ਜ਼ਮਾਨਤਾਂ ਕਰਾਈਆਂ, ਉਹ ਖਾਰਜ ਹੋ ਗਈਆਂ। ਫਿਰ ਸਰ ਏਦਾਂ ਹੀ ਫਿਰਦੇ ਤੁਰਦੇ ਰਹੇ 3 ਮਹੀਨੇ ਬਾਅਦ, ਕਹਿੰਦੇ ਰਹੇ ਦੂਸਰੇ ਲੋਕਾਂ ਨੂੰ 2-3 ਮਹੀਨਿਆਂ ਵਿੱਚ ਪੈਸੇ ਤੁਹਾਨੂੰ ਕਿੰਨੇ ਦਿੱਤੇ? ਫਿਰੰਤਰਨ ਵਾਸਤੇ ਸਾਰੇ ਆਉਂਦੇ ਜਾਂਦੇ ਸੋ ਦਲਤਾਂ ਚ ਕਿ ਸਰ ਕੋਈ ਕਰ ਰਿਹਾ ਸੀ ਮਦਦ? ਸਰ ਸਾਡੇ ਕੋਲ ਨਾ ਆਪਣਾ ਮਾਲ ਡੰਗਰ ਹੈ ਸੀ, ਜਾਤੀ 2 ਵੱਛੇ ਸੀ ਸਰ, ਉਹ ਪਿੰਡ ਹੀ ਵੇਚੇ ਆ 2,40,000 ਦੇ, ਕੁਛ ਮਾਲ ਬੱਕਰੀਆਂ ਲੈ ਲਏ ਸੀ, ਉਹ ਵੀ ਵੇਚ ਕੇ ਸਾਰਾ ਕੁਛ ਆਪਣਾ ਜੋ ਕੁਛ ਹੈ ਸੀ ਨਾ ਉਹ ਲਾ ਦਿੱਤਾ ਇਹਨਾਂ ਤੇ। ਅੱਛਾ, ਹਾਂਜੀ, ਤੇ ਹੁਣ ਸਰ ਮੈਨੂੰ ਦੱਸੋ ਕਿ ਮਤਲਬ ਜਦੋਂ ਤੁਹਾਡਾ ਪਰਚਾ ਹੋ ਗਿਆ ਤੇ ਬੁਰੀ ਜ਼ਮਾਨਤਾਂ ਕੈਂਸਲ ਹੋ ਗਈਆਂ, ਤੇ ਉਦੋਂ ਬਾਬਾ ਇੰਤਜ਼ਾਰ ਗਿੱਲ ਤੁਹਾਡੀ ਮਦਦ ਕਰ ਰਹੇ ਸਨ? ਹਾਂਜੀ ਸਰ। ਤੇ ਬਾਬੇ ਇੰਤਜ਼ਾਰ ਗਿੱਲ ਨੇ ਤੁਹਾਨੂੰ ਕਿੰਨੇ ਪੈਸੇ ਦਿੱਤੇ? ਸਰ ਇਹਨੇ ਸਾਡੇ ਕੋਲ ਲਿਆ ਸੀ 42,000 ਰੁਪਇਆ। ਅੱਛਾ, ਮਤਲਬ ਦੇਣ ਦੀ ਬਜਾਏ ਤੁਹਾਡੇ ਕੋਲ ਲਏ ਸਨ? ਹਾਂਜੀ, ਕਹਿੰਦਾ ਕਿ ਮੈਂ ਨਾ ਇਹ 20,000 ਜਿਹੜਾ SHO ਨੂੰ ਦਿੱਤਾ ਇਹ ਤੁਹਾਡਾ ਕੇਸ ਜਿਹੜਾ ਖਤਮ ਕਰ ਦੇਗਾ। ਅੱਛਾ, ਤੇ ਬਾਕੀ ਕਹਿੰਦਾ ਕਿ ਮੇਰੇ ਲਾਗੇ ਪੈਸੇ ਕਰਾਏ, ਗੱਡੀਆਂ ਗੁੱਡੀਆਂ ਤੇ ਕਰਾਏ, ਜਿਹੜੀ ਮੈਂ ਕਾਰ ਕਰਾ ਕੇ ਆਉਂਦਾ ਸੀ। ਅੱਛਾ, ਤੇ ਉਸ ਤੋਂ ਬਾਅਦ ਕਿੰਨੇ ਪੈਸੇ ਤੁਸੀਂ ਦਿੱਤੇ? 42,000 ਰੁਪਇਆ। ਓਹੋ, ਅੱਛਾ, ਮਤਲਬ ਬਾਬੇ ਇੰਤਜ਼ਾਰ ਗਿੱਲ ਨੇ ਤੁਹਾਡੇ ਕੋਲੋਂ 42,000 ਰੁਪਇਆ ਲਿਆ ਹੈ? ਹਾਂਜੀ, ਉਸ ਤੋਂ ਬਾਅਦ ਫਿਰ ਇਹਨਾਂ ਫੋਨ ਤੇ ਰਾਬਤਾ ਕੀਤਾ, ਇਹਨੇ ਫਿਰ ਕੋਈ ਨਾ ਰਾਬਤਾ ਨਹੀਂ ਕੀਤਾ, ਨਾ ਗੱਲ ਸੁਣੀ ਹੈ ਅੱਜ ਤੱਕ, ਕੋਈ ਨਹੀਂ ਸੁਣੀ। ਅੱਛਾ, ਉਹਦੇ ਬਾਅਦ ਫਿਰ ਬਾਬੇ ਇੰਤਜ਼ਾਰ ਜਦੋਂ ਤੁਹਾਡੇ ਤੋਂ ਹਟ ਗਿਆ ਤਾਂ ਫਿਰ ਤੁਸੀਂ ਕਿੱਥੇ ਗਏ? ਸਰ ਫਿਰ ਅਸੀਂ ਸਲੀਮ ਇਕਬਾਲ ਕੋਲ ਇੱਥੇ ਲਾਹੌਰ ਆਏ ਆ। ਉਹਨਾਂ ਨੇ ਸਾਡੀ ਸਲੀਮ ਇਕਬਾਲ ਕੌਣ? ਸਲੀਮ ਇਕਬਾਲ ਸਹਾਫੀ ਹੈ ਸਰ, ਸਹਾਫੀ ਨੇ। ਅੱਛਾ, ਤੇ ਉਹਨਾਂ ਨੇ ਸਲੀਮ ਇਕਬਾਲ ਸਾਹਿਬ ਨੇ ਤੁਹਾਡੇ ਕੋਲ ਕਿੰਨੇ ਪੈਸੇ ਲਏ? ਸਰ ਜੀ ਉਹਨਾਂ ਨੇ ਕੋਈ ਨਹੀਂ ਲਏ, ਵਕੀਲ ਸਾਹਿਬ ਨੇ ਜਿਹੜੇ 15,000 ਰੁਪਇਆ ਲਿਆ ਬਸ, ਉਹ ਖੁਦ ਉੱਥੇ ਗਏ ਆਪਣਾ ਪੈਟਰੋਲ ਪਵਾ ਕੇ ਗੋਜਰੇ ਚ। ਅੱਛਾ, ਉਹਨੇ SP ਇਨਵੈਸਟੀਗੇਸ਼ਨ ਦੇ ਵੀ ਜਾ ਕੇ ਪੁੱਛ ਪ੍ਰਤੀਤ ਕੀਤੀ ਹੈ, ਤੇ ਲੇਕਿਨ SP ਨੇ ਵੀ ਕੋਈ ਗੱਲਬਾਤ ਨਹੀਂ ਸੁਣੀ ਸਾਡੀ। ਅੱਛਾ, ਸਰ ਫਿਰ ਉਹਨੇ ਸਾਡੀਆਂ ਪੂਰੀਆਂ ਜ਼ਮਾਨਤਾਂ ਹਾਈਕੋਰਟੋਂ ਕਰਾਈਆਂ ਹੈ, ਉਹ ਖਾਰਜ ਹੋ ਗਈਆਂ। ਅੱਛਾ, ਉਹਦੇ ਚ ਮਾਂਜੀ ਦਾ ਵੀ ਪਰਚਾ ਹੋਇਆ ਨਾ? ਹਾਂਜੀ, ਮਾਂਜੀ ਦਾ। ਇਹਨਾਂ ਦਾ ਵੀ ਤੁਸੀਂ ਕਰਾਈਆਂ ਜ਼ਮਾਨਤਾਂ? ਹਾਂਜੀ ਸਰ, ਸਾਰਿਆਂ ਦੀ। ਅੱਛਾ, ਤੇ ਹਾਈਕੋਰਟ ਨੇ ਕਿੰਨੇ ਬੰਦੇ ਨਾਮ ਦੱਸਦੇ ਤੁਸੀਂ? 3 ਸਰ, ਆਮਰ ਮਸੀਹ, ਕੈਸਰ ਮਸੀਹ, ਨਸੀਮ ਬੀਬੀ। ਅੱਛਾ ਅੱਛਾ, ਜਿਹਨੂੰ 2 ਪੁੱਤਰ ਤੇ 1 ਮਾਂ। ਹਾਂਜੀ, ਉਹ ਜਿਹੜਾ ਕੈਸਰ ਮਸੀਹ ਉਹ ਕੌਣ ਹੈ? ਸਰ ਮੇਰਾ ਛੋਟਾ ਭਾਈ ਹੈ, ਉਹ ਕਿੱਥੇ ਕੰਮ ਕਰਦਾ? ਹਾਕੀ ਸਟੇਡੀਅਮ ਮਾਲੀਆਂ ਦਾ ਕੰਮ ਕਰਦਾ ਹੈ, ਫੈਸਲਾਬਾਦ। ਤੂੰ ਤਾਂ ਫੈਸਲਾਬਾਦ ਬੈਠੇ ਤੇ ਪਰਚਾ ਹੁੰਦੇ ਆ? ਉਹ ਤਾਂ ਬੈਠੇ ਤੇ ਹੀ ਕਰ ਦਿੱਤਾ। ਅੱਛਾ, ਤੇ ਇਹ ਮਾਂ ਜੀ ਤੁਸੀਂ ਪੈਸੇ ਜਿਹੜਾ 6.5 ਲੱਖ ਰੁਪਇਆ ਚੁੱਕਿਆ ਇਹਨੂੰ ਕਿੱਥੇ ਰੱਖਿਆ? ਇਹਨੂੰ ਰੱਖਿਆ, ਮੇਰੇ 2 ਜਵਾਈ ਵੀ ਰਖਾਏ ਸੀ ਰੱਖਣ ਦੀ ਬਜਾਏ। ਅੱਛਾ, ਉਹਨਾਂ ਨੇ ਤੇ ਰੋਜ ਜਾਣਾ, ਮਾਂ ਨੇ ਤੇ ਰੋਜ ਹੀ ਖੱਜਲ ਹੋ ਆਉਣਾ। ਤੁਸੀਂ ਮੈਨੂੰ 6.5 ਲੱਖ ਰੁਪਇਆ ਨਹੀਂ ਲਿਆ? ਅਸੀਂ ਉਹ ਅੱਖਾਂ ਨਾਲ ਨਹੀਂ ਵੇਖਿਆ। ਅੱਛਾ, ਵੀ ਆ ਕਿਤਰਾ ਉਹ ਪੈਸੇ ਬਦੋ ਬਦੀ ਕਿਉਂ ਫਿਰ ਤੁਹਾਡੇ ਤੇ ਕਿੰਦਨ? ਬਦੋ ਬਦੀ ਇਹੋ ਹੀ, ਉਹ ਜਿਹੜਾ ਜੱਟ ਵਾ ਨਾ ਮੁਸਤਫਾ, ਉਹਨੇ ਮੇਰੀ ਕੁੜੀ ਨੂੰ ਦਾਜ ਦਿੱਤਾ ਸੀ ਵੱਡੀ ਨੂੰ, ਉਹ ਭੂਏ ਚੜਾਇਆ ਇਹਨੂੰ ਬਰਾਰ ਜੱਟ ਨੂੰ, ਉਹ ਨੀ ਸਾਡੀ ਜਾਨ ਛੱਡਣ ਦਿੰਦਾ, ਮੁਸਤਫਾ ਜੱਟ ਨੇ ਛੱਡਦਾ। ਹਾਂਜੀ, ਤੇ ਉਹ ਹੁਣ ਦਾਜ ਦੇ ਪੈਸੇ ਵਾਪਸ ਲੈਣ? ਹਾਂ, ਮੈਂ ਤੇ ਕਿੰਨੀ ਵਾਰੀ ਕਿਹਾ ਥਾਣੇ ਚ, ਜਦੋਂ ਤੇਰੇ ਘਰ 2 ਮੁਲਾਜ਼ਮਾਂ ਹੋਣ, ਦੂਸਰੀ ਨੂੰ ਨੀ ਤੂੰ ਪਾ ਸਕਦਾ, ਮੈਨੂੰ ਹੀ ਤੂੰ ਖੜੀ ਮਾੜੀ ਵੇਖ ਕੇ ਤੂੰ ਮੈਨੂੰ ਰੋਲਿਆ ਨਾ। ਮੈਂ ਥਾਣੇ ਚ ਇਹੋ ਹੀ ਕਹਿੰਦੀ ਰਹੀ ਆ, ਉਹਨੂੰ ਵੀ ਲਿਆ ਸਵਾਦ ਤਾਂ ਵਾ, ਜੇ ਤੂੰ ਆਪਣੀ ਨੂੰ ਵੀ ਲਿਆਵੇ ਤੇ ਤੇਰੇ ਇੰਨੇ ਮੁਲਾਜ਼ਮ ਆ ਤੇ ਤੂੰ ਮੇਰੇ ਹੀ ਖਿੱਤੇ ਪੈ ਗਿਆ। ਅੱਛਾ ਅੱਛਾ ਜੀ, ਅਮਰ ਸਾਹਿਬ ਫਿਰ ਤੁਸੀਂ ਕੀ ਕੀਤਾ? ਫਿਰ ਸਲੀਮ ਇਕਬਾਲ ਸਾਹਿਬ ਨੇ ਤੁਹਾਡੇ ਕੋਲ ਕਿੰਨੇ ਪੈਸੇ ਲਏ? ਸਰ ਉਹਨੇ ਕੋਈ ਨਹੀਂ ਲਿਆ, ਵਕੀਲ ਸਾਹਿਬ ਸੀ, ਉਹਨੇ 15,000 ਰੁਪਇਆ ਲਿਆ ਸੀ ਜ਼ਮਾਨਤਾਂ ਕਰਾਉਣ ਦਾ। ਅੱਛਾ, ਤੇ ਉਹ ਸਲੀਮ ਇਕਬਾਲ ਸਾਹਿਬ ਨੇ ਕੋਈ ਪੈਸਾ ਨਹੀਂ? ਕੋਈ ਪੈਸਾ ਨਹੀਂ ਲਿਆ ਸਰ, ਉਹਨੇ ਸਾਡੀ ਹੈਲਪ ਹੀ ਕੀਤੀ ਜੋ ਕੁ ਹੋ ਸਕਿਆ ਹੈ। ਅੱਛਾ ਅੱਛਾ, ਉਸ ਬਾਅਦ ਸਰ ਫਿਰ ਜ਼ਮਾਨਤਾਂ ਕੈਂਸਲ ਹੋ ਗਈਆਂ 15 ਦਸੰਬਰ ਨੂੰ।
ਫਿਰ ਤਬਦੀਸ਼ ਇਮਰਾਨ ਸਾਹਿਬ ਨੂੰ ਕਿਹਾ ਕਿ ਸਾਡੀ ਗ੍ਰਿਫਤਾਰੀ ਪਾ ਸਾਨੂੰ ਫੜ ਲਿਆ। ਉਹਨੇ ਕਿਹਾ ਮੈਂ ਨਹੀਂ ਫੜਨਾ, ਉਹਨਾਂ ਨਾਲ ਨਾ ਮੁਕਾ ਲਓ, ਮੁੱਕ ਮੁਕਾ ਕਰ ਲਓ, ਉਹਨਾਂ ਕੋਲ ਮਿੰਤ ਤਰਲਾ ਕਰ ਲਓ, ਚੌਰੀ ਬੰਦੇ ਆ ਤੁਸੀਂ, ਮਾੜੇ ਬੰਦੇ ਆ ਤੇ ਗੱਲ ਮੁਕਾ ਲਓ। ਅਸੀਂ ਕਿਹਾ ਉਹ ਸਾਡੀ ਨਹੀਂ ਸੁਣਦੇ। ਉਹਨੇ ਕਿਹਾ ਫਿਰ ਮੈਂ ਨਹੀਂ ਫੜਨਾ ਸਰ। ਉਹਦਾ ਫਿਰ ਹੁਣ ਤਬਾਦਲਾ ਹੋ ਗਿਆ ਤੇ ਫਿਰ ਨਾ ਸਰ ਸਾਨੂੰ ਨਾ ਸੀਟੀਐਸ ਟੀਮ ਦਾ ਰਾਬਤਾ ਨੰਬਰ ਮਿਲਿਆ ਸੀ, ਇਹਨਾਂ ਕੋ ਆਏ ਆ। ਅੱਛਾ ਸਰ, ਫਿਰ ਨਾ ਸਾਡੇ ਸੀਟੀਐਸ ਵਾਲੇ ਕਿੱਥੇ ਨੇ? ਸਾਰੇ ਲਾਹੌਰ। ਅੱਛਾ, ਲਾਹੌਰ ਚ ਨੇ। ਹਾਂ, ਸੀਟੀਐਸ ਵਾਲਾ ਸਰ। ਫਿਰ ਨਾ ਸਾਡੀ ਹੈਲਪ ਕੀਤੀ ਆ, ਸਾਡੀ ਗ੍ਰਿਫਤਾਰੀ ਪਵਾ ਕੇ ਤੇ ਖੁਦ ਡੀਪੀਓ ਸਾਹਿਬ ਦੇ ਜਾਂਦੇ ਰਹੇ ਆ, ਡੀਐਸਪੀ ਦੇ ਜਾਂਦੇ ਰਹੇ ਆ। ਗਿਆ ਕੌਣ ਕੌਣ ਜਾਂਦਾ ਰਿਹਾ ਉੱਥੇ? ਸਰ ਵਕੀਲ ਸਾਹਿਬ, ਬਾਜੀ ਕਥਰੀਨਾ, ਔਰ ਭਾਈ ਆਸ਼ਰ ਸਾਹਿਬ, ਸਾਰੇ ਟੀਮ ਜਾਂਦੀ ਰਹੀ ਹੈ ਸਰ। ਤੇ ਇਹਨਾਂ ਨੇ ਕਿੰਨੇ ਪੈਸੇ ਲਏ ਤੁਹਾਡੇ ਕੋਲ? ਸਰ ਇਹਨਾਂ ਨੇ ਕੋਈ ਨਹੀਂ, ਤੇ ਸਾਰੇ ਪਾਣੀ ਤੱਕ ਨਹੀਂ ਪੀਂਦੇ ਰਹੇ ਸਰ ਜੀ। ਅੱਛਾ, ਹਾਂਜੀ ਸਰ। ਤੇ ਸਾਰੇ ਇਹਨਾਂ ਨੇ ਗ੍ਰਿਫਤਾਰੀ ਪਵਾ ਕੇ ਸਾਡੀਆਂ ਜ਼ਮਾਨਤਾਂ ਕਰਾਈਆਂ ਪੱਕੀਆਂ। ਅੱਛਾ ਅੱਛਾ। ਅਸੀਂ ਇਹਨਾਂ ਦੇ ਬੜੇ ਸ਼ੁਕਰਗੁਜ਼ਾਰ ਆ ਸੀਟੀਐਸ ਟੀਮ ਦੇ ਕਿ ਇਹਨਾਂ ਨੇ ਸਾਡੀ ਹੈਲਪ ਕੀਤੀ। ਅੱਗੇ ਵੀ ਜੋ ਕੇਸ ਹੈ ਦੇਖ ਰਹੇ ਆ ਸਰ। ਹੁਣ ਤੁਹਾਡਾ ਕੇਸ ਕਿਸ ਜਗ੍ਹਾ ਤੇ ਵੇ, ਕੀ ਕੀ ਪੋਜੀਸ਼ਨ ਹੈ ਉਹਦੀ? ਸਰ ਹੁਣ ਜ਼ਮਾਨਤਾਂ ਹੋ ਗਈਆਂ ਪੱਕੀਆਂ, ਹਜੇ ਕੋਈ ਤਰੀਕ ਨਹੀਂ ਮਿਲੀ। ਤੇ ਜਿੱਦਾਂ ਵੀ ਤਰੀਕ ਨਿਕਲੇਗੀ ਫਿਰ ਦੇਖਣਗੇ। ਹਰੂ ਰਾਂਝਾ ਸਾਹਿਬ ਔਰ ਨਦੀਮ ਹਸਨ ਸਾਹਿਬ ਇਸ ਕੇਸ ਨੂੰ ਹੈਂਡਲ ਕਰ ਰਹੇ ਆ ਸਰ। ਹੁਣ ਤੁਸੀਂ ਕੀ ਚਾਹੁੰਦੇ ਹੋ, ਮਤਲਬ ਕਿ ਅਸੀਂ ਜਾਂ ਸੀਟੀਐਸ ਵਾਲੇ ਤੁਹਾਡੇ ਲਈ ਕਰਨ? ਸਰ ਅਸੀਂ ਇਹ ਚਾਹੁੰਦੇ ਕਿ ਸਾਨੂੰ ਇਨਸਾਫ ਮਿਲੇ, ਕਿਉਂਕਿ ਅਸੀਂ ਬੇਗਨਾਹ ਹੈ ਸਰ। ਅਸੀਂ ਉਸ ਵਕਤ ਘਰ ਵੀ ਨਹੀਂ ਸੀ ਜਿਸ ਵਕਤ ਸਾਡੀ ਮਾਂ ਤੇ ਨਾਲ ਇਲਜ਼ਾਮ ਲਾਇਆ। ਮੇਰਾ ਛੋਟਾ ਭਰਾ ਵੀ ਸਰ ਫੈਸਲਾਬਾਦ ਹਾਕੀ ਸਟੇਡੀਅਮ ਕੰਮ ਕਰਦਾ, ਉੱਤੇ ਵੀ ਐਵੇਂ ਝੂਠਾ ਹੀ ਪਰਚਾ ਕਰਾਤਾ ਮੇਰੇ ਤੇ ਵੀ, ਤੇ ਦੋ ਸਾਡੇ ਜਵਾਈਆਂ ਦਾ ਵੀ। ਤੁਸੀਂ ਕੀ ਕੰਮ ਕਰਦੇ ਹੋ? ਸਰ ਮੈਂ ਨਾ ਕੰਪਨੀ ਨਾਲ ਟਾਵਰ ਲਾਉਂਦਾ ਬਿਜਲੀ ਵਾਲੀ ਨਾਲ, ਨੈਪਰਾ ਗਾਨ ਨਾਲ। ਅੱਛਾ ਅੱਛਾ ਅੱਛਾ। ਉਹ ਇੱਕ ਸਾਲ ਤੋਂ ਸਰ ਛੱਡ ਕੇ ਬੈਠਾ ਹੈ, ਕਿਉਂਕਿ ਉਹ ਕਹਿੰਦੇ ਐਫ ਆਈ ਆਰ ਜੇ ਤੇ ਹੋਈ ਉਹਨੂੰ ਰੱਖ ਦੇਣੀ ਐਫ ਆਈ ਕੰਪਨੀ ਵਾਲੇ। ਅੱਛਾ ਅੱਛਾ। ਤੇ ਫਿਰ ਰੋਟੀ ਟੁੱਕਰ ਦਾ ਕਿੰਨ ਚੱਲਦਾ ਪਿਆ? ਸਰ ਬਹੁਤ ਔਖਾ ਹੈ, ਕਿ ਰਿਸ਼ਤੇਦਾਰਾਂ ਕੋਲ ਰਹਿੰਦੇ ਆ, ਉਹ ਤੰਗ ਵੀ ਕਰਦੇ ਆ ਮੁਸਲਮਾਨ ਜਿਹੜੇ ਸਾਰੇ ਪਿੰਡ ਵਾਲੇ। ਤੇ ਘਰ ਨੂੰ ਅੱਜ ਕੱਲ ਤਾਲਾ ਲਾਇਆ? ਹਾਂਜੀ, ਤਾਲਾ ਲਾਇਆ, ਕਹਿੰਦੇ ਜਗ੍ਹਾ ਸਾਨੂੰ ਬਸ ਦਿਓ, ਇਹ ਸਾਡੇ ਨਾਂ ਕਰਾਓ। ਅੱਛਾ, ਉੱਥੋਂ ਤੇਲ ਨਿਕਲਦਾ ਤੁਹਾਡੇ ਘਰ ਦੇ ਵਿੱਚ ਜਿਹੜੀ ਜਗ੍ਹਾ ਟਾਈਮਰ ਲੈ ਉਹਦੇ ਚੋਂ, ਤਾਂ ਕਰਕੇ ਕਹਿੰਦੇ ਨੇ ਵੀ ਜਗ੍ਹਾ ਤਾਂ ਸਾਨੂੰ ਦਿਓ। ਇਹ ਸਰ ਕੋਈ ਪਤਾ ਨਹੀਂ ਕਿ ਤੇਲ ਨਿਕਲਦਾ ਕਿ ਨਹੀਂ, ਲੇਕਿਨ ਤੰਗ ਘਰ ਹੈ, ਕਹਿੰਦੇ ਜਗ੍ਹਾ ਸਾਨੂੰ ਦੇ ਦਿਓ। ਜਿਹੜੀ ਬਾਜੀ ਕੈਥਰੀਨ ਨੇ ਜਾਂ ਆਸ਼ਰ ਭਾਈ ਨੇ ਜਾਂ ਨਦੀਮ ਸਾਹਿਬ ਨੇ ਜਾਂ ਰਾਂਝਾ ਸਾਹਿਬ ਨੇ ਸੀਟੀਐਸ ਦੀ ਜਿਹੜੀ ਟੀਮਾਂ ਨੇ, ਇਹ ਜੋ ਤੁਹਾਡੇ ਕੋਲ ਜਾਂਦੇ ਨੇ, ਤੁਹਾਡਾ ਕੀ ਸਲੂਕ ਕਰਦੇ ਨੇ? ਸਾਡੇ ਨਾਲ ਜੀ ਬੜਾ ਸਲੂਕ ਕਰਦੇ ਨੇ, ਜਦੋਂ ਜਾਂਦੇ ਆ ਤੇ ਪੈਸਾ ਧੇਲਾ ਦਿੰਦੇ ਆ। ਕੌਣ ਦਿੰਦਾ ਪੈਸਾ? ਮਦਦ ਕਰਦੀ ਆ ਬਾਜੀ। ਅੱਛਾ, ਸਾਡੀ ਬਹੁਤ ਮਦਦ ਕਰਦੀ ਆ, ਇੱਥੇ ਆਈਏ ਰੋਟੀ ਪਾਣੀ ਸਾਨੂੰ ਦਿੰਦੇ, ਚਾਹ ਪਾਣੀ ਦਿੰਦੇ ਆ। ਅੱਛਾ, ਇੰਨੀ ਸਾਡੀ ਥੋੜੀ ਮਦਦ ਵਾ, ਸਾਡੀ ਬਹੁਤ ਮਦਦ ਕਰਦੇ ਆ ਜੀ। ਇਹਨਾਂ ਬਾਰੇ ਕੀ ਕਹੋਗੇ? ਇਹਨਾਂ ਬਾਰੇ ਕਹਾਂਗੀ ਵੀ ਅੱਲਾਹ ਸੋਹਣਿਆ ਇਹਨਾਂ ਨੂੰ ਇੰਨਾ ਕੁ ਦੇਈ ਨਾ, ਇਹ ਨੱਠੇ ਫਿਰਨ ਸਾਡੇ ਮਗਰ। ਅੱਛਾ, ਸਾਡੀ ਗੱਲਬਾਤ ਮੁਕਾਉਣ ਗਰੀਬਾਂ ਦੀ। ਚਲੋ, ਖੁਦਾ ਇੰਜੀ ਕਰੇ। ਹਾਂਜੀ ਸਰ, ਮੈਂ ਸੀਟੀਐਸ ਟੀਮ ਕੇ ਲਈ ਦੁਆ ਗਾ ਹੂੰ ਕਿ ਖੁਦਾ ਇਹਨਾਂ ਕੋ ਹਮੇਸ਼ਾ ਸਲਾਮਤ ਰੱਖੇ ਔਰ ਹਮਾਰੇ ਜੈਸੇ ਲੋਗੋਂ ਕੀ ਹਮੇਸ਼ਾ ਮਦਦ ਕਰਤੇ ਰਹੇ। ਆਮੀਨ ਆਮੀਨ ਜੀ। ਮਿਹਰਬਾਨੀ ਤੁਹਾਡੀ ਅਮਰ ਸਾਹਿਬ, ਬੀਬੀ ਨਸੀਮ ਸਾਹਿਬਾ, ਤੁਹਾਡੀ ਬੜੀ ਮਿਹਰਬਾਨੀ ਮਾਂ ਜੀ, ਤੁਸੀਂ ਤਸ਼ਰੀਫ ਲਿਆਇਓ। ਨਾਜ਼ਰੀਨ, ਤੁਸੀਂ ਨਸੀਮ ਬੀਬੀ ਦੀ ਗੁਫ਼ਤਗੂ ਸੁਣੀ ਹੈ, ਤੁਸੀਂ ਉਹਨਾਂ ਦੇ ਸਾਹਿਬ ਸਦੇ ਦੀ ਅਮਰ ਸਾਹਿਬ ਦੀ ਗੁਫ਼ਤਗੂ ਸੁਣੀ ਹੈ। ਇਹ ਇੰਨਾ ਕੁ ਅਫਸੋਸਨਾਕ ਵਾਕਿਆ ਹੈ ਔਰ ਇੰਨਾ ਅਜੀਬ ਵਾਕਿਆ ਹੈ ਕਿ ਜਿਹਦੀ ਮਿਸਾਲ ਹੀ ਮਿਲਣਾ ਮੁਸ਼ਕਿਲ ਹੈ। ਲੇਕਿਨ ਇਹੋ ਜਿਹੀਆਂ ਮਿਸਾਲਾਂ ਥਾਂ ਥਾਂ ਪਈਆਂ ਨੇ। ਮੈਂ ਸਮਝਦਾ ਕਿ ਗੁਰਬਤ ਹੋਣਾ ਕਿਸੇ ਘਰ 'ਚ, ਕਿਸੇ ਖਾਨਦਾਨ ਦੇ ਵਿੱਚ, ਇਹ ਉਸ ਖਾਨਦਾਨ ਦਾ ਸਭ ਤੋਂ ਵੱਡਾ ਜੁਰਮ ਹੁੰਦਾ ਹੈ। ਕਿਉਂਕਿ ਇਹ ਅਗਰ ਤਗੜੇ ਹੋਣ, ਮਾਲੀ ਤੌਰ 'ਤੇ ਮਜ਼ਬੂਤ ਹੋਣ, ਤਾਂ ਸ਼ਾਇਦ ਇਹਨਾਂ ਵੱਲ ਕੋਈ ਅੱਖ ਪੱਟ ਕੇ ਨਾ ਵੇਖੇ। ਨਸੀਮ ਬੀਬੀ ਔਰ ਅਮਰ ਵਰਗੇ ਬਹੁਤ ਸਾਰੇ ਖਾਨਦਾਨ ਜਿਹੜੇ ਨੇ ਉਹ ਗੁਲਾਮੀ ਦੇ ਜਿਹੜੀਆਂ ਬੇੜੀਆਂ ਨੇ ਉਹਨਾਂ 'ਚ ਜਕੜੇ ਹੋਏ ਨੇ, ਔਰ ਜਿਹੜੇ ਉਹਨਾਂ ਦੇ ਆਕਾ ਨੇ ਉਹ ਬੇੜੀਆਂ ਨਹੀਂ ਖੋਲ੍ਹਣਾ ਚਾਹੁੰਦੇ। ਇਹ ਬੇੜੀਆਂ ਸਾਨੂੰ ਨਜ਼ਰ ਨਹੀਂ ਆਉਂਦੀਆਂ, ਲੇਕਿਨ ਇਹ ਬੇੜੀਆਂ ਕਦੀ ਕਰਜ਼ੇ ਦੀ ਸੂਰਤ ਦੇ ਵਿੱਚ ਕਿਸੇ ਪੱਠੇ 'ਤੇ ਹੁੰਦੀਆਂ ਨੇ। ਇਹ ਬੇੜੀਆਂ ਕਦੀ ਕਿਸੇ ਘਰ ਦੇ ਵਿੱਚ ਕੰਮ ਕਰਨ ਵਾਲੀ ਖਾਤੂਨ ਦੇ ਉੱਤੇ ਚੋਰੀ ਦੇ ਇਲਜ਼ਾਮ ਦੀ ਸੂਰਤ 'ਚ ਹੁੰਦੀਆਂ ਨੇ। ਇਹ ਬੇੜੀਆਂ ਕਦੀ ਕਿਸੇ ਨੂੰ ਜਿਸਮਾਨੀ ਤੌਰ 'ਤੇ ਤਕਲੀਫ ਦੇ ਕੇ ਹੁੰਦੀਆਂ ਨੇ। ਇਹ ਬੇੜੀਆਂ ਕਦੀ ਕਿਸੇ ਦੀ ਜਾਇਦਾਦ 'ਤੇ ਕਬਜ਼ਾ ਕਰਕੇ ਹੁੰਦੀਆਂ ਨੇ, ਔਰ ਇਹ ਬੇੜੀਆਂ ਕਦੀ ਕਿਸੇ ਦੀ ਆਵਾਜ਼ ਦਬਾ ਕੇ ਹੁੰਦੀਆਂ ਨੇ। ਬਹਰਹਾਲ ਜੋ ਵੀ ਹੋਵੇ, ਨੈਸ਼ਨਲ ਨਿਊਜ਼ ਮਾੜਿਆਂ ਦੀ ਆਵਾਜ਼ ਹੈ ਔਰ ਨੈਸ਼ਨਲ ਨਿਊਜ਼ ਜਿਹੜਾ ਹੈ ਉਹ ਆਪਣੀ ਆਵਾਜ਼ ਜਿਹੜੀ ਹੈ ਉਹ ਬੁਲੰਦ ਕਰਦਾ ਰਹੇਗਾ। ਅਸੀਂ ਤੁਹਾਨੂੰ ਸਾਰਿਆਂ ਨੂੰ ਦਾਵਤ ਦਿੰਦੇ ਹਾਂ ਕਿ ਆਪਣੇ ਨੇੜੇ ਤੇੜੇ ਜਿੱਥੇ ਵੀ ਇਸ ਤਰ੍ਹਾਂ ਦਾ ਜ਼ੁਲਮ ਵੇਖੋ ਉਹਨਾਂ ਦੀ ਆਵਾਜ਼ ਬਣੋ ਔਰ ਉਹਨਾਂ ਦੇ ਨਾਲ ਮਿਲ ਕੇ ਤੇ
इंसाफ दिलवाने वास्ते जिस हद तक भी तुसी जा सकते हो वो जरूर जाओ, होर कुछ नहीं कर सकते तो कम अज कम उन्हां लई आवाज जरूर उठाओ, और आवाज उठाने वाले की आवाज जिहड़ी है वह सुनी जाती है। और अगर ये भी नहीं तुसी कर सकते तो मेहरबानी करके तुसी उन्हां लई दुआ जरूर करो। अज दी गल नूं इत्थे मुकाने आ, रब रखा।